ਗਿਆਨ ਖੰਡਮਹਿ ਗਿਆਨ ਪਰਚੰਡ ਤਥਾ ਨਾਦ ਬਿਨੋਦ ਕੋਡ ਆਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਉੜੀ ਆਰੰਭ ਹੋਈ ਹੈ ਇਸ ਪੰਕਤੀ ਦੇ ਵਿੱਚ ਧਿਆਨ ਰੱਖਣਾ ਹੈ ਗਿਆਨ ਖੰਡ ਮਹ ਇੱਥੇ ਵਿਸਰਾਮ ਹੈ ਅਤੇ ਪ੍ਰਚੰਡ ਪਾਠ ਜੋ ਹੈ ਇਹਨੂੰ ਇਸ ਢੰਗ ਨਾਲ ਬੋਲਣਾ ਹੈ ਕਿ ਰਾਰੇ ਦੀ ਆਵਾਜ਼ ਪੂਰੀ ਆਵੇ ਪ੍ਰਚੰਡ ਇਹਨੂੰ ਜਲਦੀ ਦੇ ਨਾਲ ਪੜਾਂਗੇ ਪ੍ਰਚੰਡ ਤਾਂ ਪੈਰ ਦੇ ਵਿੱਚ ਰਾਰਾ ਲੱਗੇਗਾ ਲੇਕਿਨ ਰਾਰਾ ਪੂਰਾ ਲਿਖਿਆ ਹੋਇਆ ਹੈ ਤੇ ਪੂਰੀ ਦੀ ਆਵਾਜ਼ ਹੀ ਦੇਣੀ ਹੈ ਤਥ ਨਾ ਦੇ ਬਨੋਦੇ ਕੋਡ ਆਨੰਦ ਬਿਨੋਦ ਦੇਵਤੇ ਵਿਸਰਾਮ ਹੈ ਕੋਡ ਡੱਡੇ ਦੇ ਨਾਲ ਪੜ੍ਹਨਾ ਹੈ ਟੈਂਕਾ ਨਹੀਂ ਲਾ ਦੇਣਾ ਸ਼ਰਮ ਖੰਡ ਕੀ ਬਾਣੀ ਰੂਪ ਪਾਠ ਪੜ੍ਹਨਾ ਹੈ ਸ਼ਰਮ ਆਮ ਹੀ ਅਸੀਂ ਸ਼ਰਮ ਪਾਠ ਕਰ ਜਾਂਦੇ ਹਾਂ ਸਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਦਿੰਨੇ ਹਾਂ ਲੇਕਿਨ ਮਹਾਰਾਜ ਨੇ ਨਹੀਂ ਵਰਤੋਂ ਵਿੱਚ ਲਿਆਂਦੀ ਇਸ ਕਰਕੇ ਪਾਠ ਸਰਮ ਹੀ ਪੜਨਾ ਹੈ ਅਤੇ ਸਰਮ ਖੰਡ ਕੀ ਇੱਥੇ ਵਿਸਰਾਮ ਹੈ ਤਥੈ ਕਾੜਤ ਘੜੀਐ ਬਹੁਤ ਅਨੂਪ ਘੜੀਆ ਦੇ ਉੱਤੇ ਵਿਸਰਾਮ ਹੈ ਤਾ ਕੀਆ ਗੱਲਾ ਕਥਿਆ ਨਾ ਜਾਹੇ ਤਤੈ ਕੰਨਾ ਲੱਗਾ ਹੋਇਆ ਹੈ ਤੇ ਤਾ ਦੀ ਆਵਾਜ਼ ਆਵੇਗੀ ਗੱਲਾ ਦੇ ਉਤੇ ਬਿਸਰਾਮ ਹੈ ਕਈ ਥੋੜਾ ਜਿਹਾ ਬਿੰਦੀ ਨਾਲ ਬੋਲ ਦਿੰਦੇ ਹਨ ਉਹ ਵੀ ਠੀਕ ਹੈ ਲੇਕਿਨ ਯਤਨ ਕਰਨਾ ਹੈ ਕਿ ਬਿੰਦੀ ਦੀ ਵਰਤੋਂ ਘੱਟ ਕੀਤੀ ਜਾਵੇ ਕਥਿਆ ਨਾ ਜਾਹੇ ਹੁਣ ਇੱਥੇ ਨੰਨੇ ਨੂੰ ਕੰਨਾ ਆਇਆ ਹੈ ਫੇਰ ਨਾ ਦੀ ਆਵਾਜ਼ ਦੇਣੀ ਹੈ ਜੇ ਕੋ ਕਹੈ ਪਛਤਾਏ ਜੇ ਵਖਰਾ ਕੋ ਵਖਰਾ ਕਹੈ ਦੇਵ ਤੇ ਵਿਸਰਾਮ ਹੈ ਤਥੈ ਘੜੀਏ ਸੁਰਤ ਮਤ ਮਾਨ ਬੁੱਧ ਘੜੀਏ ਦੇ ਉਤੇ ਵਿਸਰਾਮ ਹੈ ਤਥੈ ਘੜੀਏ ਸੁਰਾ ਸੱਦਾ ਕੀ ਸੁਧ ਗੜੀਆ ਦੇ ਉਤੇ ਇੱਥੇ ਵੀ ਵਿਸਰਾਮ ਹੈ ਸੁਰਾ ਸੱਦਾ ਕੀ ਫਿਰ ਥੋੜਾ ਜਿਹਾ ਰੁਕ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਕਰਮ ਖੰਡ ਕੀ ਇੱਥੇ ਵਿਸਰਾਮ ਹੈ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਦੇ ਉੱਤੇ ਵਿਸਰਾਮ ਹੈ ਇਹਨੂੰ ਤਿੱਥੇ ਹੋਰ ਨਾ ਕੋਈ ਹੋਰ ਇਸ ਤਰ੍ਹਾਂ ਨਹੀਂ ਹੈ ਤਿੱਥੇ ਦੇ ਉੱਤੇ ਵਿਸਰਾਮ ਹੈ ਤਿੱਥੇ ਜੋਦ ਮਹਾਬਲ ਸੂਰ ਇਸੇ ਤਰ੍ਹਾਂ ਇੱਥੇ ਵੀ ਤਿੱਥੇ ਦੇ ਉੱਤੇ ਹੀ ਵਿਸਰਾਮ ਹੈ ਜੋਦ ਮਹਾਬਲ ਸੂਰ ਇਹ ਵੱਖਰੇ ਵੱਖਰੇ ਪੜਨੇ ਹਨ ਤਿੰਨ ਮਹ ਰਾਮ ਰਹਿਆ ਭਾਰਪੂਰ ਤਿੰਨ ਮਹ ਇੱਥੇ ਵਸ ਰਾਮ ਹੈ ਤਿੰਨ ਮਹ ਰਾਮ ਇਸ ਤਰ੍ਹਾਂ ਨਹੀਂ ਪੜਨਾ ਆਮ ਹੀ ਅਸੀਂ ਇਸ ਤਰ੍ਹਾਂ ਪੜਦੇ ਹਾਂ ਅਤੇ ਪਾਠ ਆਇਆ ਹੈ ਭਾਰਪੂਰ ਆਮ ਹੀ ਨੂੰ ਸਾਰੇ ਭਰਪੂਰ ਪੜ ਦਿੰਦੇ ਹਨ ਪੱਪੇ ਦੀ ਜਗ੍ਹਾ ਦੇ ਉੱਤੇ ਵੀ ਭੱਬਾ ਲਾ ਦਿੰਦੇ ਹਨ ਭਰਪੂਰ ਲੇਕਿਨ ਪੱਪੇ ਦੀ ਆਵਾਜ਼ ਕੱਢਣੀ ਹੈ ਭਾਰ ਪਲਾਸ ਪੂਰ ਪਾਰ ਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਵਿਸਰਾਮ ਹੈ ਤਿੱਥੈ ਦੇ ਉਤੇ ਅਤੇ ਪਾਠ ਹੈ ਸੀਤੋ ਇਹਨੂੰ ਕੱਸ ਕੇ ਬੁੱਲਣਾ ਹੈ ਅਤੇ ਸੀਤੋ ਸੀਤਾ ਮਹਿਮਾ ਮਾਹੇ ਹੁਣ ਜਿਹੜਾ ਸੀਤਾ ਪਾਠ ਹੈ ਕਈ ਵਿਦਵਾਨ ਸਿੰਘ ਇਹਨੂੰ ਪੋਲਾ ਪੜਨ ਵਾਸਤੇ ਆਂਦੇ ਹਨ ਕਈ ਸੰਗਾਂ ਦੇ ਹਨ ਦਰਮਿਆਨੀ ਜੀ ਆਵਾਜ਼ ਵਿੱਚ ਪੜੋ ਅਤੇ ਕਈਆਂ ਦੀ ਵਿਚਾਰ ਹੈ ਕਿ ਨੂੰ ਕੱਸ ਕੇ ਬੋਲੋ ਜਿਵੇਂ ਸੀਤੋ ਪੜਿਆ ਹੈ ਸੋ ਇਸ ਤਰ੍ਹਾਂ ਆਪ ਜੀ ਨੇ ਦਰਮਿਆਨੀ ਜੀ ਆਵਾਜ਼ ਦੇ ਵਿੱਚ ਪੜਨਾ ਹੈ ਸੀਤਾ ਪਾਠ ਸੀਤੋ ਕੱਸ ਕੇ ਹੈ ਸੀਤੋ ਸੀਤਾ ਮਹਿਮਾ ਮਾਹ ਤਾਕੇ ਰੂਪ ਨਾ ਕਥਨੇ ਜਾਹੇ ਰੂਪ ਦੇ ਉਤੇ ਵਿਸਰਾਮ ਹੈ ਨਾ ਓਹ ਮਰਹਿ ਨਾ ਠਾਗੇ ਜਾਹੇ ਨਾ ਪਾਠ ਵਿੱਚ ਫਿਰ ਨੰਨੇ ਕੰਨਾ ਆਇਆ ਹੈ ਨਾ ਓਹ ਮਰਹਿ ਇੱਥੇ ਵਿਸਰਾਮ ਹੈ ਜਿਨ ਕੈ RAM ਵਸੈ ਮਨ ਮਾਹੇ ਜਿਨ ਕੈ ਇੱਥੇ ਵਿਸਰਾਮ ਹੈ ਆਮ ਹੀ ਬਹੁਤੇ ਗਲਤੀ ਕੀ ਕਰਦੇ ਹਨ ਜਿਨ ਕੈ RAM ਲੇਕਿਨ ਵਿਸਰਾਮ ਬੋਲਣਾ ਹੈ ਕਹਿ ਦੇ ਉੱਤੇ ਰੁਕਣਾ ਹੈ ਵਸੈ ਪਾਠ ਪੁੱਲਾ ਪੜਨਾ ਹੈ ਤਥੈ ਭਗਤ ਵਸਹਿ ਕੀ ਲੋਵ ਤਥੈ ਭਗਤ ਵਸਹਿ ਵਸਹਿ ਪਾਠ ਪੁੱਲਾ ਪੜਨਾ ਹੈ ਇੱਥੇ ਹੀ ਵਿਸਰਾਮ ਲਗਾਉਣਾ ਹੈ ਕੱਕੇ ਲਾ ਹੈ ਇਹਨੂੰ ਲੰਮਾ ਬੋਲਣਾ ਹੈ ਕੀ ਲੋਵ ਲੱਲੇ ਹੋੜਾ ਐੜਾ ਮੁਕਤਾ ਬੋਲਣਾ ਹੈ ਲੋਵ ਕਰਹੈ ਆਨੰਦ ਸੱਚਾ ਮਨ ਸੋਇ ਆਨੰਦ ਦੇਵਤੇ ਹੀ ਵਿਸਰਾਮ ਹੈ ਸਤਿਖੰਡ ਵਸੈ ਨਿਰੰਕਾਰ ਹੁਣ ਇਸ ਪੰਕਤੀ ਦੇ ਵਿੱਚ ਪਾਠ ਆਇਆ ਹੈ ਵਸੈ ਇਹਨੂੰ ਦਿਹਲੀ ਦੀਪ ਕਹਿੰਦੇ ਹਨ ਕਹਿਣ ਦਾ ਭਾਵ ਹੈ ਕਿ ਇਸ ਪੰਕਤੀ ਦੇ ਵਿੱਚ ਵਿਸਰਾਮ ਆਪ ਜੀ ਕਿਤੇ ਵੀ ਲਗਾ ਸਕਦੇ ਹੋ ਦੋ ਟੰਗ ਦੇ ਨਾਲ ਜਿਵੇਂ ਸੱਚਖੰਡ ਵਸੈ ਨਿਰੰਕਾਰ ਇੱਕ ਤੇ ਵਿਸਰਾਮ ਲੱਗ ਜਾਂਦਾ ਹੈ ਸੱਚਖੰਡ ਦੇ ਤੇ ਅਤੇ ਦੂਸਰਾ ਵਸੈ ਦੇ ਉਤੇ ਵੀ ਵਿਸਰਾਮ ਲਗਾ ਸਕਦੇ ਹੋ ਸੱਚਖੰਡ ਵਸੈ ਨਿਰੰਕਾਰ ਸੋ ਕੋਈ ਵੀ ਗਲਤ ਨਹੀਂ ਹੈ ਵਸੈ ਦੇ ਉਤੇ ਵੀ ਲੱਗ ਸਕਦਾ ਹੈ ਤੇ ਸੱਚਖੰਡ ਦੇ ਉਤੇ ਵੀ ਲੱਗ ਸਕਦਾ ਹੈ ਕਰ ਕਰ ਵੇਖੈ ਨਦਰ ਨਿਹਾਲ ਵੇਖ ਹੈ ਦੇ ਉਤੇ ਵਿਸਰਾਮ ਹੈ ਤਿਥੈ ਖੰਡ ਮੰਡਲ ਵਰਪੰਡ ਤਿਥੈ ਦੇ ਉਤੇ ਵਿਸਰਾਮ ਲਗਾਉਣਾ ਹੈ ਇਸ ਦਾ ਆਪ ਜੀ ਨੇ ਧਿਆਨ ਰੱਖਣਾ ਹੈ ਜੇ ਕੋ ਕਥ ਤਾ ਅੰਤ ਨਾ ਅੰਤ ਜੇ ਕੋ ਕਥ ਇੱਥੇ ਵਿਸਰਾਮ ਹੈ ਤਤ ਪਾਠ ਮੁਕਤਾ ਹੈ ਤ ਅੰਤ ਨ ਇੱਥੇ ਰੁਕਣਾ ਹੈ ਫਿਰ ਵੱਖਰਾ ਬੋਲਣਾ ਹੈ ਅੰਤ ਤਥ ਲੋਵ ਲੋ ਆਕਾਰ ਇਸ ਦਾ ਵਿਸਰਾਮ ਤਥੇ ਦੇ ਉੱਤੇ ਲਾਉਣਾ ਹੈ ਅਤੇ ਪਾਠ ਬੋਲਣਾ ਹੈ ਆਕਾਰ ਇਹਨੂੰ ਆਕਾਰ ਨਹੀਂ ਕਹਿ ਜਾਣਾ ਐਡੇ ਦੇ ਕੰਨੇ ਦੀ ਆਵਾਜ਼ ਵੀ ਬਚ ਬੋਲਣੀ ਹੈ ਆਕਾਰ ਜਿਵ ਜਿਵ ਹੁਕਮ ਤਵੈ ਤਿਵ ਕਾਰ ਹੁਕਮ ਦੇਵ ਤੇ ਵਿਸਰਾਮ ਹੈ ਵੇਖ ਵਿਗਸੈ ਕਰ ਵਿਚਾਰ ਵਿਗਸੈ ਪਾਠ ਪੋਲਾ ਪੜ੍ਹਨਾ ਹੈ ਅਤੇ ਇੱਥੇ ਹੀ ਵਿਸਰਾਮ ਹੈ ਨਾਨਕ ਕਥਨਾ ਕਰੜਾ ਸਾਰ ਕਥਨਾ ਦੇਵ ਤੇ ਵਿਸਰਾਮ ਹੈ ਕਰੜਾ ਪਾਠ ਅਡਾੜੇ ਦੇ ਨਾਲ ਬੋਲਣਾ ਹੈ ਜਤ ਪਾਹਾਰਾ ਧੀਰਜ ਸੁਨਿਆਰ ਜਤ ਪਾਠ ਪੁਲਾ ਪੜ੍ਹਨਾ ਹੈ ਇਹਨੂੰ ਜਤ ਨਹੀਂ ਕਹਿ ਦੇਣਾ ਪਾਹਾਰਾ ਪਾਠ ਦੇਵਤੇ ਵਿਸਰਾਮ ਹੈ ਇਹਨੂੰ ਪਹਾੜਾ ਨਹੀਂ ਬੋਲਣਾ ਪੱਪੇ ਦੇ ਕੰਨੇ ਦੀ ਆਵਾਜ਼ ਨਾਲ ਦੇਣੀ ਹੈ ਧੀਰਜ ਸੁਨਿਆਰ ਸਸੇ ਦੇ ਅੰਕੜ ਵੀ ਬੋਲਣੇ ਹੈ ਸੁਨਿਆਰ ਸੁਨਿਆਰ ਨਹੀਂ ਕਹਿ ਜਾਣਾ ਸਦਾ ਹੀ ਸਸੇਦੇ ਓਮਕਰ ਨੂੰ ਛੱਡ ਨਹੀਂ ਜਾਣਾ ਅਹਰਣ ਮਤ ਵੇਦ ਹਥਿਆਰ ਪਾਠ ਬੋਲਣਾ ਹੈ ਅਹਰਣ ਇਹਨੂੰ ਅਹਰਣ ਅਹਰਣ ਇਸ ਤਰ੍ਹਾਂ ਨਹੀਂ ਬੋਲਣਾ ਹਾਹੇ ਦੇ ਸਿਹਾਰੀ ਨਹੀਂ ਲਾਉਣੀ ਹਾਹੇ ਦੇ ਲਾ ਨਹੀਂ ਲਾਉਣੀ ਪਾਠ ਪੜ੍ਹਨਾ ਹੈ ਐੜਾ ਹਾਹਾ ਮੁਕਤਾ ਬੋਲਣਾ ਹੈ ਅਹਰਣ ਵੇਦ ਹਥਿਆਰ ਹਥਿਆਰ ਪਾਠ ਜੋ ਹੈ தੱਥੇ ਦੇ ਬਿਹਾਰੀ ਲੱਗੀ ਹੋਈ ਹੈ ਇਹਨੂੰ ਹਥਿਆਰ ਪਾਠ ਪੜ੍ਹਨਾ ਹੈ ਹਥਿਆਰ ਨਹੀਂ ਬੋਲ ਦੇਣਾ ਸਿਹਾਰੀ ਦੇ ਨਾਲ ਯਾਦ ਜਿਨੇ ਧਿਆਨ ਰੱਖਣਾ ਹੈ ਮਾਤ ਦੇਵ ਤੇ ਵਿਸਰਾਮ ਹੈ ਭਾਉ ਖੱਲਾ ਅਗਨ ਤਪ ਤਾਉ ਪਾਠ ਬੋਲਣਾ ਹੈ ਖੱਲਾ ਕੱਸ ਕੇ ਬੁੱਲਣਾ ਹੈ ਅਦਕ ਦੇ ਨਾਲ ਭਾਉ ਖੱਲਾ ਇੱਥੇ ਵਿਸਰਾਮ ਅਗਨ ਤਪ ਤਪ ਪਾਠ ਪੋਲਾ ਪੜਨਾ ਹੈ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਭਾਂਡਾ ਭਾਉ ਇੱਥੇ ਵਿਸਰਾਮ ਹੈ ਹੁਣ ਪੂਰੇ ਸ੍ਰੀ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਸਿਰਫ ਇੱਕ ਵਾਰ ਹੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਿੰਦੀ ਦੀ ਵਰਤੋਂ ਕੀਤੀ ਹੈ ਵਾਪ ਜੀ ਦਰਸ਼ਨ ਕਰ ਰਹੇ ਹੋ ਭਾਂਡਾ ਦੇਵਤੇ ਇਸ ਕਰਕੇ ਇਹਨੂੰ ਭਾਂਡਾ ਪਾਠ ਹੀ ਪੜਨਾ ਹੈ ਭਾਉ ਦੇਵਤੇ ਵਿਸਰਾਮ ਹੈ ਅਤੇ ਪਾਠ ਪੜਨਾ ਹੈ ਅੰਮ੍ਰਿਤ ਇਹਨੂੰ ਅੰਮ੍ਰਿਤ ਨਹੀਂ ਕਹਿ ਦੇਣਾ ਇਹ ਆਪ ਜੀ ਨੇ ਧਿਆਨ ਰੱਖਣਾ ਹੈ ਘੜਿਆ ਸ਼ਬਦ ਸੱਚੀ ਟਕਸਾਲ ਘੜਿਆ ਸ਼ਬਦ ਇਨੂੰ ਸ਼ਬਦ ਬੜਨਾ ਹੈ ਇਹਨੂੰ ਸ਼ਬਦ ਨਹੀਂ ਕਹਿ ਦੇਣਾ ਸਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਸ਼ਬਦ ਨਹੀਂ ਪੜਨਾ ਆਮ ਹੀ ਅਸੀਂ ਸ਼ਬਦ ਹੀ ਜਾਣਿਆ ਹਾਂ ਲੇਕਿਨ ਪਾਠ ਹੈ ਸ਼ਬਦ ਪੋਲਾ ਜਿਆ ਇੱਥੇ ਹੀ ਵਿਸਰਾਮ ਹੈ ਟਕਸਾਲ ਜੋ ਪਾਠ ਹੈ ਇਹ ਪੋਲਾ ਪੜਨਾ ਹੈ ਇਹਨੂੰ ਟਕਸਾਲ ਨਹੀਂ ਬੋਲਣਾ ਕਸ ਕੇ ਭਾਰਾ ਕਰਕੇ ਜਿਨ ਕਉ ਨਦਰ ਕਰਮ ਤਿਨਕਾਰ ਪਾਠ ਹੈ ਜਿਨ ਕਉ ਇਹਨੂੰ ਕੋ ਨਹੀਂ ਕਹਿਣਾ ਕਉ ਦੀ ਆਵਾਜ਼ ਆਉਣੀ ਚਾਹੀਦੀ ਹੈ ਕਰਮ ਦੇਵਤੇ ਵਿਸਰਾਮ ਲਾਉਣਾ ਹੈ ਆਮ ਹੀ ਅਸੀਂ ਕੀ ਗਲਤੀ ਕਰਦੇ ਹਾਂ ਜਿਨ ਕਉ ਨਦਰ ਕਰਮ ਤਿਨਕਾਰ ਇਹ ਵਿਸਰਾਮ ਗਲਤ ਹੈ ਸੋ ਵਿਸਰਾਮ ਆਉਣਾ ਹੈ ਕਰਮ ਦੇ ਉਤੇ ਨਾਨਕ ਨਦਰਿ ਨਦਰ ਨਿਹਾਲ ਨਾਨਕ ਪਾਦ ਦੇਵ ਤੇ ਵਿਸਰਾਮ ਹੈ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਵਣ ਗੁਰੂ ਪਾਣੀ ਪਿਤਾ ਕਈ ਆਮ ਹੀ ਅਣਜਾਣ ਪਿਤਾ ਪੜ ਜਾਂਦੇ ਹਨ ਪਿਤਾ ਪਾਠ ਹੈ ਇਿੱਥੇ ਵੀ ਸ੍ਰਾਮ ਹੈ ਪਾਠ ਹੈ ਮਹਤ ਇਹਨੂੰ ਮਹਤ ਨਹੀਂ ਪੜਨਾ ਜਾਂ ਮਹਿਤ ਨਹੀਂ ਕਹਿ ਦੇਣਾ ਮਹਤ ਪਾਠ ਪੁੱਲਣਾ ਹੈ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਦਿਵਸ ਰਾਤ ਦੁਇ ਦੁਇ ਦੇ ਉੱਤੇ ਥੋੜਾ ਰੁਕਣਾ ਹੈ ਜਿਵੇਂ ਅਸੀਂ ਪਹਿਲਾਂ ਵੀ ਪੜਿਆ ਸੀ ਪੌੜੀ ਦੇ ਵਿੱਚ ਸੰਯੋਗ ਵਿਜੋਗ ਦੁਇ ਇਸੇ ਤਰ੍ਹਾਂ ਹੀ ਇੱਥੇ ਵੀ ਦੁਇ ਪਾਠ ਦੇ ਉੱਤੇ ਥੋੜਾ ਰੁਕ ਕੇ ਦਾਈ ਦਾਇਆ ਇੱਥੇ ਵਿਸਰਾਮ ਹੈ ਖੇਲ ਸਗਲ ਜਗਤ ਇਸ ਨੂੰ ਜਗਤਨ ਹੀ ਬੋਲਣਾ ਜਗਤ ਪਾਠ ਬੋਲਣਾ ਹੈ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਹਦੂਰ ਚੰਗੇ ਆਈਆ ਉੜਾ ਜਾ ਕੱਸ ਕੇ ਕਿਉਂਕਿ ਚੱਚੇ ਦੇ ਉੱਤੇ ਟਿੱਪੀ ਹੈ ਚੰਗਿਆਈਆ ਬੁਰਿਆਈਆ ਹੁਣ ਆਮ ਹੀ ਅਸੀਂ ਕੀ ਕਰਦੇ ਹਾਂ ਜਿ ਬਿੰਦੀਆਂ ਲਾਉਣ ਲੱਗ ਪਈਨੇ ਹਾਂ ਆਮ ਹੀ ਅਸੀਂ ਬਿੰਦੀਆਂ ਲਾ ਕੇ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ ਲੇਕਿਨ ਪਾਠ ਹੈ ਚੰਗਿਆਈਆ ਬੁਰਿਆਈਆ ਸੋ ਇਸ ਕਰਕੇ ਪਾਠ ਜਿਵੇਂ ਲਿਖਿਆ ਹੈ ਉਦਾਂ ਹੀ ਪੜ੍ਹਨ ਦਾ ਯਤਨ ਕਰਨਾ ਚਾਹੀਦਾ ਹੈ ਬੁਰਿਆਈਆ ਦੇਵਤੇ ਹੀ ਵਿਸਰਾਮ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪਣੀ ਦੇਵਤੇ ਵਿਸਰਾਮ ਹੈ ਕੱਕੇ ਲਾਂ ਲੱਗੀ ਹੋਈ ਹੈ ਕਿ ਇਸ ਤਰ੍ਹਾਂ ਪੜ੍ਹਨਾ ਹੈ ਆਮ ਹੀ ਸੁਣਨ ਨੂੰ ਮਿਲਦਾ ਹੈ ਸੰਧਿਆ ਪਾਠ ਕਰਨ ਵਾਲੇ ਸਿੰਘ ਵੀ ਕਈ ਕੇ ਪੜ ਜਾਂਦੇ ਹਨ ਕੇ ਨੇੜੇ ਕੇ ਦੂਰ ਇਹ ਟੰਗ ਹੈ ਕੇ ਲੰਮਾ ਬੁਲਣਾ ਹੈ ਅਤੇ ਨੇੜਾ ਪਾਠ ਹੈ ਨੂੰ ਨੇੜੇ ਨਹੀਂ ਕਹਿ ਦੇਣਾ ਅੜਾੜੇ ਜਿੱਦਲਾਈਆਂ ਲਾਉਣੀਆਂ ਹਨ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਜਿਨੀ ਪਾਠ ਪੋਲਾ ਪੜਨਾ ਹੈ ਕਈ ਜਾਂਦੇ ਹਨ ਜਿਨੀ ਪੜੋ ਕਰ ਸਕਿਏ ਲੇਕਿਨ ਜੋ ਸੰਪਰਦਾ ਦੇ ਵਿੱਚ ਪਾਠ ਕਰਵਾਇਆ ਜਾਂਦਾ ਹੈ ਸੁੱਧ ਪਾਠ ਹੈ ਉਹ ਜਿਨੀ ਹੈ ਪੋਲਾ ਗਿਆ ਅਤੇ ਧਿਆਇਆ ਦੇ ਉੱਤੇ ਵਿਸਰਾਮ ਹੈ ਮਸਕਤ ਪਾਠ ਪੜਨਾ ਹੈ ਸ ਸੇ ਦੇ ਉਤੇ ਅੱਧਕ ਲਗਾ ਕੇ ਮਸਕਤ ਕਈ ਇਹਨੂੰ ਮਸਕਤ ਪੜਦੇ ਹਨ ਉਹ ਗਲਤ ਹੈ ਕਈ ਸ ਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਮਸ਼ਕਤ ਪੜਦੇ ਹਨ ਉਹ ਵੀ ਗਲਤ ਹੈ ਤੇ ਕਈ ਕਹਿੰਦੇ ਹਨ ਸੰਥਿਆ ਵਾਲੇ ਵੀ ਬਿੰਦੀ ਲਾ ਲਓ ਕੋਈ ਗੱਲ ਨਹੀਂ ਲੇਕਿਨ ਸਾਦ ਸੰਗਤ ਅਰਥ ਤਾਂ ਉਹੀ ਬਣਦਾ ਹੈ ਲੇਕਿਨ ਗੁਰੂ ਸਾਹਿਬ ਨੇ ਵਰਤੀ ਨਹੀਂ ਤੇ ਆਪਾਂ ਕਿਉਂ ਬੋਲਣੀ ਹੈ ਇਸ ਕਰਕੇ ਮਸਕਤ ਪਾਠ ਹੀ ਆਵੇਗਾ ਸਸੇ ਦੇ ਨਾਲ ਮਸਕਤ ਪਾਠ ਪੜ੍ਹਨਾ ਹੈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨਾਨਕ ਇਥੇ ਥੋੜੀ ਜੀ ਜਮਕ ਤੇ ਮੁਖ ਉਜਲੇ ਉਜਲੇ ਪਾਠ ਕਸ ਕੇ ਬੁੱਲਣਾ ਹੈ ਥੋੜੀ ਜੀ ਊੜੇ ਦੇ ਉੱਤੇ ਨਾਲ ਅੱਧਕ ਲਗਾਉਣੀ ਹੈ ਉਜਲੇ ਇਨੂੰ ਊਜਲੇ ਨੇ ਕਹਿ ਦੇਣਾ ਆਮ ਹੀ ਇਸ ਇਦਾਂ ਪੜਦੇ ਹਾਂ ਕੀਤੇ ਛੁੱਟੀ ਇਹਨੂੰ ਛੁੱਟੀ ਪੜਨਾ ਹੈ ਸ਼ਸ਼ੇ ਦੇ ਤੇ ਥੋੜੀ ਜੀ ਅੱਦਕ ਲਗਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ